ਨਾ ਜਾਇਓ ਬਿਆਸ ਦਰਿਆ ਦੇ ਕੰਢੇ, ਛੱਡਿਆ ਜਾ ਰਿਹਾ ਹੈ ਸੌ ਕਿਊਸਿਕ ਪਾਣੀ। ਪਿੰਡਾਂ ਚ ਵੱਜ ਰਹੇ ਚੇਤਾਵਨੀ ਵਾਲੇ ਹੂਟਰ। ਜੀ ਹਾਂ, ਬੇਹੱਦ ਡਰਾਉਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਿਆਸ ਦਰਿਆ ਦੇ ਕੰਢੇ ਤੇ ਜਾਣ ਤੋਂ ਹੁਣ ਮਨਾ ਕੀਤਾ ਜਾ ਰਿਹਾ ਹੈ। ਬਕਾਇਦਾ ਐਸਟੀਐਮ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਲੋਕ ਬਿਆਸ ਦਰਿਆ ਦੇ ਕੰਢੇ ਤੋਂ ਦੂਰ ਰਹਿਣ, ਇੱਥੋਂ ਤੱਕ ਕਿ ਚੇਤਾਵਨੀ ਭਰੇ ਹੂਟਰ ਵੀ ਇੱਥੇ ਵਜਾਏ ਜਾ ਰਹੇ ਨੇ ਤਾਂ ਜੋ ਲੋਕ ਜਿਹੜੇ ਨੇ ਸੁਚੇਤ ਰਹਿਣ, ਉਹਨਾਂ ਨੂੰ ਆਗਾਹ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਲਾਰਜੀ ਡੈਮ ਦੇ ਵਿੱਚੋਂ 100 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਰਕੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਵਾਲਾ ਹੈ। ਇੱਥੇ ਦੱਸ ਦਈਏ ਕਿ ਪਹਿਲਾਂ ਹੀ ਜੋ ਪਹਾੜੀ ਇਲਾਕਿਆਂ ਦੇ ਵਿੱਚ ਤੇ ਮੈਦਾਨੀ ਇਲਾਕਿਆਂ 'ਚ ਬਰਸਾਤ ਹੋਈ ਹੈ, ਮੀਂਹ ਪੈ ਰਿਹਾ ਹੈ, ਤਾਂ ਇਸੇ ਨੂੰ ਲੈ ਕੇ ਪਹਿਲਾਂ ਹੀ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਤੇ ਹੁਣ ਇੱਥੇ ਹੋਰ ਪਾਣੀ ਛੱਡਿਆ ਜਾਣਾ ਹੈ, ਜਿਸ ਕਰਕੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵੀ ਖਤਰਾ ਮੰਡਰਾ ਰਿਹਾ ਹੈ, ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ ਤੇ ਇਸੇ ਸੰਬੰਧੀ ਐਸਡੀਐਮ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬਿਆਸ ਦਰਿਆ ਦੇ ਕੰਢੇ ਤੇ ਲੋਕ ਬਿਲਕੁਲ ਨਾ ਜਾਣ, ਜੇ ਕੋਈ ਉੱਥੇ ਰਹਿੰਦਾ ਵੀ ਹੈ ਤਾਂ ਉੱਥੋਂ ਮਕਾਨ ਖਾਲੀ ਕਰ ਦਿੱਤਾ ਜਾਏ ਕਿਉਂਕਿ ਹੁਣ ਇਹਦੇ ਵਿੱਚ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਮੰਡੀ ਦੇ ਐਸਡੀਐਮ ਓਮਕਾਂਤ ਠਾਕੁਰ ਨੇ ਚੇਤਾਵਨੀ ਜਾਰੀ ਕੀਤੀ ਹੈ ਤੇ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਲਾਰਜੀ ਪਾਵਰ ਹਾਊਸ ਦੀਆਂ ਮਸ਼ੀਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਡੈਮ ਦੇ ਵਿੱਚੋਂ 100 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾਣਾ ਹੈ, ਜਿਸ ਕਰਕੇ ਬਿਆਸ ਦਰਿਆ ਦਾ ਪਾਣੀ ਹੋਰ ਵਧਣ ਵਾਲਾ ਹੈ ਤੇ ਇਸੇ ਲਈ ਲੋਕਾਂ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਬਿਆਸ ਦਰਿਆ ਦੇ ਆਸ ਪਾਸ ਦੇ ਇਲਾਕਿਆਂ ਤੇ ਵੀ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਲਈ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਪਿੰਡਾਂ ਦੇ ਵਿੱਚ ਹੂਟਰ ਵਜਾਏ ਜਾ ਰਹੇ ਨੇ ਤਾਂ ਜੋ ਲੋਕ ਸਤਰਕ ਰਹਿਣ, ਆਗਾਹ ਰਹਿਣ ਤੇ ਜੇਕਰ ਕੋਈ ਜ਼ਿਆਦਾ ਖਤਰਾ ਲੱਗਦਾ ਹੈ ਤਾਂ ਲੋਕਾਂ ਦੇ ਘਰ ਖਾਲੀ ਕਰਵਾਏ ਜਾਣ। ਇੱਥੇ ਬਿਆਸ ਦਰਿਆ ਦੇ ਹੇਠਲੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਨ ਤੇ ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਕਰਕੇ ਉਹਨਾਂ ਨੂੰ ਇਸ ਦਰਿਆ ਦੇ ਕੰਢੇ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ ਕਿ ਬਿਆਸ ਦਰਿਆ ਨੇ ਇੱਕ ਭਿਆਨਕ ਰੂਪ ਧਾਰਨ ਕੀਤਾ ਤੇ ਕਈ ਪਿੰਡਾਂ ਦੇ ਪਿੰਡ ਇਸ ਪਾਣੀ 'ਚ ਡੁੱਬ ਗਏ ਸਨ, ਤਾਂ ਹੁਣ ਵੀ ਹਾਲਾਤ ਅਜਿਹੇ ਬਣ ਰਹੇ ਨੇ ਕਿਉਂਕਿ ਹਾਲੇ ਵੀ ਪਾਣੀ ਇਹਨਾਂ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ। ਸੋ ਪਹਾੜੀ ਇਲਾਕਿਆਂ ਦੇ ਵਿੱਚ ਚਾਹੇ ਬਰਸਾਤ ਹੋ ਰਹੀ ਹੋਵੇ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸਦਾ ਅਸਰ ਜ਼ਰੂਰ ਪੈਂਦਾ ਹੈ। ਹੁਣ ਬਿਆਸ ਦਰਿਆ ਦੇ ਕੰਢੇ ਤੇ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ ਕਿਉਂਕਿ ਇਸਦਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਹਾਲੇ ਇਸ ਵਿੱਚ ਹੋਰ ਵੀ 100 ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਖਬਰ ਮਿਲੀ ਹੈ ਸੁਬਹ ਕਿ ਲਾਰਜੀ ਡੈਮ ਸੇ ਜੋ ਹੈ ਕਾਫੀ ਜ਼ਿਆਦਾ ਮਾਤਰਾ ਮੇਂ ਪਾਣੀ ਛੋੜਾ ਜਾਏਗਾ ਕਿਉਂਕਿ ਸਿਲਟ ਕਾਫੀ ਜਮਾ ਹੋ ਗਏ ਹੈ, ਲਗਭਗ 100 ਕਿਊਮੈਕਸ ਕੇ ਬਰਾਬਰ ਜੋ ਹੈ ਪਾਣੀ ਛੋੜਾ ਜਾਏਗਾ। ਔਰ ਜਬ ਪਾਣੀ ਉਹ ਫਿਰ BBMB ਯਹਾਂ ਪੰਡੋ ਡੈਮ ਮੇਂ ਆਏਗਾ ਤੋ ਵਹਾਂ ਸੇ ਫਿਰ ਫਰਦਰ ਜੋ ਹੈ ਮੰਡੀ ਮੇਂ ਛੋੜਨੇ ਕੀ ਉਮੀਦ ਹੈ। ਤੋ ਲੋਅਰ ਜੋ ਡਾਊਨ ਸਟ੍ਰੀਮ ਏਰੀਆ ਮੇਂ ਲੋਕ ਹੈਂ ਉਨਸੇ ਰਿਕੁਐਸਟ ਹੈ ਕਿ ਉਹ ਨਦੀ ਕਿਨਾਰੇ ਨਾ ਜਾਏ, ਜਲਸਤਰ ਬੜ ਸਕਤਾ ਹੈ, ਆਪਣੀ ਸੇਫਟੀ ਐਂਡ ਸਿਕਿਉਰਿਟੀ ਕਾ ਧਿਆਨ ਰੱਖੇ।